ਉੱਥੇ ਮੈਨੂੰ ਪਤਾ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ। ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ, ਉਹਨਾਂ ਨੂੰ ਵਧਾਈ ਦਿੰਦਾ। ਅੱਜ ਉਹਨਾਂ ਦੇ ਘਰੇ ਲਕਸ਼ਮੀ ਆਈ ਹੈ, ਬਹੁਤ ਬਹੁਤ ਵਧਾਈ। ਹੋਰ ਵੀ ਵਧਾਈ ਉਹਨਾਂ ਨੂੰ, ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੂੰ, ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲਕਸ਼ਮੀ ਆਈ ਹੈ, ਉਹ ਮੈਂ ਉਸ ਲਕਸ਼ਮੀ ਨੂੰ ਕੇਜਰੀਵਾਲ ਸਾਹਿਬ ਵਾਲੀ ਲਕਸ਼ਮੀ ਦੇ ਨਾਲ ਨਹੀਂ ਜੋੜਦਾ ਸਭ। ਉਹਨਾਂ ਦੇ ਘਰੇ ਜਾਂ ਉਹਨਾਂ ਦੀ ਪਾਰਟੀ 'ਚ ਜੋ ਲਕਸ਼ਮੀ ਆਈ ਸੀ ਉਹ ਲੋਕਾਂ ਦੀ ਸੀਗੀ, ਉਹ ਕਾਲਾ ਧਨ ਸੀਗਾ, ਉਹ ਲਕਸ਼ਮੀ ਉਹ ਸੀਗੀ। ਉਹ ਅੱਜ ਆਮ ਆਦਮੀ ਪਾਰਟੀ 'ਤੇ ਭਾਰੀ ਪੈ ਰਹੀ ਹੈ। ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਘਰੇ ਪੈਦਾ ਹੋਈ, ਉਹਨੂੰ ਸਾਰੇ ਪਰਿਵਾਰ ਸਾਰੇ ਪੰਜਾਬ ਕੰਨਿਓ ਅੱਜ ਅਸ਼ੀਸ਼ਾਂ ਅਤੇ ਉਹਨਾਂ ਨੂੰ ਲੋਕ ਵਧਾਈ ਦੇ ਰਹੇ ਹੈ, ਉਹਦੇ 'ਚ ਮੈਂ ਵੀ ਸ਼ਾਮਿਲ ਹਾਂ। ਪਰ ਇਹਦੇ ਇਲਾਵਾ ਜਿਹੜੀ ਖੁਸ਼ੀ ਭਗਵੰਤ ਮਾਨ ਜੀ ਨੂੰ ਇਹਨਾਂ ਦਿਨਾਂ ਦੇ ਵਿੱਚ ਪ੍ਰਾਪਤ ਹੋਈ ਹੈ, ਅੱਜ ਤੋਂ 7 ਦਿਨ ਪਹਿਲਾਂ, ਅਤੇ ਪੰਜਾਬ ਨੂੰ ਵੀ ਚਾਹੇ ਇਸ ਗੱਲ ਦੀ ਖੁਸ਼ੀ ਹੈ ਚਾਹੇ ਕਿਸੇ ਹੋਰ ਤਰੀਕੇ ਨਾਲ ਖੁਸ਼ੀ ਹੋਈ ਹੋਣੀ ਹੈ, ਉਹ ਇਸ ਗੱਲ ਦੀ ਖੁਸ਼ੀ ਹੈ ਵੀ ਹੁਣ ਪੰਜਾਬ ਦਾ ਮੁੱਖ ਮੰਤਰੀ ਖੁਦ ਮੁਖਤਾਰ ਹੋ ਗਿਆ। ਜਿਨ੍ਹਾਂ ਦੇ ਹੱਥ 'ਚ ਲਗਾਮਾਂ ਸੀਗੀਆਂ ਉਹ ਉਸ ਕਾਲੇ ਧੰਦੇ ਚੱਕਰ ਦੇ ਅੰਦਰ ਜਿਹੜੀ ਸ਼ਰਾਬ ਦੇ ਪੋਲਿਸੀ 'ਚੋਂ ਕੱਢ ਕੇ ਜਿਨ੍ਹਾਂ ਨੇ ਕੀਤੀ ਸੀ ਉਹ ਅੱਜ ਸਲਾਖਾਂ ਦੇ ਪਿੱਛੇ ਹੈ। ਅਤੇ ਅੱਜ ਪਹਿਲੀ ਦਫ਼ਾ ਪੰਜਾਬ ਨੇ ਕਰੀਬਨ 1.5-2 ਸਾਲ ਦੇ ਬਾਅਦ ਇੱਕ ਖੁਦ ਮੁਖਤਿਆਰ ਚੀਫ ਮਿਨਿਸਟਰ ਮਿਲਿਆ। ਅਤੇ ਅੱਜ ਦੇ ਬਾਅਦ ਭਗਵੰਤ ਮਾਨ ਜੀ ਇਸ ਗੱਲ ਦਾ ਉਲਾਮਾ ਨਹੀਂ ਕਿਸੇ ਨੂੰ ਦੇ ਸਕਦੇ, ਕਿਉਂਕਿ ਉਸ ਦਿਨ ਜਿਸ ਦਿਨ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ, ਦਿੱਲੀ ਦੇ ਅੰਦਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ, ਉਹ ਦਿਨ ਰੱਜ ਕੇ ਖੁਸ਼ੀਆਂ ਮਨਾਈਆਂ ਗਈਆਂ ਭਗਵੰਤ ਮਾਨ ਜੀ ਦੇ ਘਰੇ। ਆਹ ਗੱਲ ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਨਹੀਂ ਕਹਿ ਰਿਹਾ, ਕੋਈ ਰਾਜਨੀਤਿਕ ਲਾਗ ਲਪੇਟ ਜਾਂ ਕੋਈ ਐਵੇਂ ਕੋਈ ਗੱਲ ਇੰਪਲਾਂਟ ਕਰਨ ਵਾਸਤੇ ਨਹੀਂ ਕਹਿ ਰਿਹਾ। ਇਹਦੇ ਪੁਖਤਾ ਸਬੂਤ ਹੈ, ਤੁਸੀਂ ਉਹਨਾਂ ਦੇ ਸਟਾਫ 'ਚ ਜਾਂ ਕਿਤੇ ਵੀ ਪੁੱਛੋਗੇ, ਤੁਸੀਂ ਜਰਨਲਿਸਟ ਹੋ ਮੇਰੇ ਤੋਂ ਜ਼ਿਆਦਾ, ਯੂ ਆਰ ਮੋਰ ਰਿਸੋਰਸਫੁੱਲ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਕਿਸ ਕਿਸਮ ਦਾ ਮਾਹੌਲ ਹੈ। ਅੱਜ ਜਿਹੜੇ ਮਗਰਮੱਛੀ ਆਂਸੂ ਬਹਾਏ ਜਾ ਰਹੇ ਹੈ, ਮੈਂ ਫਿਰ ਦੁਹਰਾ ਰਿਹਾ, ਮਗਰਮੱਛੀ ਆਂਸੂ ਬਹਾਏ ਜਾ ਰਹੇ ਹੈ ਵੀ ਸਾਡੇ ਨਾਲ ਧੱਕਾ ਹੋ ਰਿਹਾ। ਉਹ ਧੱਕਾ ਹਰ ਸ਼ਖਸ ਬਣਾ ਲੇਤਾ ਹੈ ਇਖਲਾਕ ਕਾ ਇੱਕ ਮਿਆਰ, ਆਪਣੇ ਲਈ ਕੁਛ ਔਰੋਂ ਕੇ ਲੀਏ ਕੁਛ ਔਰ। ਸੁਸ਼ੀਲ ਰਿੰਕੂ ਜੀ ਬੈਠੇ ਹੈ ਅੱਜ, ਇਹਨਾਂ ਦੇ ਵਾਸਤੇ ਜਿਹੜੇ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ, ਸ਼ੀਤਲ ਅੰਗਰਾਲ ਜੀ ਬੈਠੇ ਇਹਨਾਂ ਦੇ ਵਾਸਤੇ ਜਿਹੜੀ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਅਤੇ ਕੇਜਰੀਵਾਲ ਸਾਹਿਬ ਨੂੰ, ਅੱਜ ਜਿਨ੍ਹਾਂ ਨੂੰ ਤਿਤਲੀਆਂ ਕਹਿੰਦੇ ਹੈ, ਅੱਜ ਤੋਂ ਜੇ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਅੱਜ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਇਹ ਕੀ ਸੀਗੇ ਸਭ, ਉਦੋਂ ਕੀ ਸੀਗੇ? ਝੂਠੇ ਵਾਅਦੇ ਕਰਕੇ ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ ਨੂੰ ਬੇਵਕੂਫ ਬਣਾਇਆ, ਕੱਲ੍ਹ ਬੜੇ ਸਪਸ਼ਟ ਤੌਰ 'ਤੇ ਰਿੰਕੂ ਜੀ ਨੇ ਦਿੱਲੀ BJP ਹੈੱਡਕੁਆਰਟਰ 'ਚ ਦੱਸਿਆ ਵੀ ਜੋ ਵਾਅਦੇ ਕੀਤੇ ਗਏ ਸੀ ਜਲੰਧਰ ਦੇ ਵਾਸਤੇ, ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਉਹਨਾਂ ਨੇ ਉਸ ਗੱਲ 'ਤੇ ਉੱਤੇ ਕੋਈ ਗੋਲਿਆ ਨਹੀਂ ਉਹਨਾਂ ਨੇ। ਕਹਿੰਦੇ ਕੂੜੇ ਦੇ ਢੇਰ ਹਟਾ ਦੂੰਗਾ ਮੈਂ, ਕਹਿੰਦੇ ਮੈਂ ਇੱਥੇ ਸੜਕਾਂ ਸਹੀ ਕਰਵਾ ਦੂੰਗਾ, ਮੈਂ ਇੱਥੇ ਡਿਵੈਲਪਮੈਂਟ ਦੀ ਦਰਿਆ ਬਹਾ ਦੂੰਗਾ। ਅਤੇ ਜਦੋਂ ਗੱਲ ਆਈ ਵੀ ਇਹਨਾਂ ਕੰਮ ਕਰਨ ਵਾਸਤੇ ਕੋਈ ਪੈਸੇ ਦਿਓ, ਮੈਨੂੰ ਲੱਗਦਾ ਵੀ ਦਵਾਨੀ ਨਹੀਂ ਦਿੱਤੀ ਸੁਸ਼ੀਲ ਰਿੰਕੂ ਜੀ ਨੂੰ ਉੱਥੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ। ਅਤੇ ਜਿਹੜੇ ਕੰਮਾਂ ਨੂੰ ਲੈ ਕੇ ਸੁਸ਼ੀਲ ਜੀ ਚਾਹੇ
ਸਿੰਧੀਆ ਜੀ ਕੋਲ ਗਏ ਏਵੀਏਸ਼ਨ ਮਿਨਿਸਟਰ ਮੋਦੀ ਸਾਹਿਬ ਦੀ ਸਰਕਾਰ ਦੇ ਅੰਦਰ, ਚਾਹੇ ਰੇਲਵੇ ਮਿਨਿਸਟਰ ਕੋਲ ਗਏ ਇਹਨਾਂ ਨੇ, ਚਾਹੇ ਰੇਲਵੇ ਦੇ ਜਿਹੜੇ ਕੰਮ ਸੀਗੇ, ਚਾਹੇ ਆਦਮਪੁਰ ਏਅਰਪੋਰਟ ਦਾ ਕੰਮ ਸੀਗਾ, ਖੱਡਾ ਖੱਟ ਹੱਥੋ ਹੱਥ ਆਦਮਪੁਰ ਏਅਰਪੋਰਟ ਵੀ ਚਾਲੂ ਹੋਇਆ, ਇਹਨਾਂ ਦੇ ਅੰਡਰ ਬ੍ਰਿਜ ਓਵਰ ਬ੍ਰਿਜ ਵੀ ਸੈਂਕਸ਼ਨ ਹੋਏ ਜਿਹੜੇ ਕੰਮਾਂ ਨੂੰ ਗਏ ਸੀਗੇ। ਅਤੇ ਇਸੇ ਤਰ੍ਹਾਂ ਜਿਹੜੇ ਵਾਅਦਿਆਂ ਨੂੰ ਲੈ ਕੇ ਸ਼ੀਤਲ ਜੀ ਤਾਂ ਵਾਪਸ ਘਰ ਵਾਪਸੀ ਹੈ, ਇਸੇ ਬੀਜੇਪੀ ਪਾਰਟੀ ਨਾਲ ਪਹਿਲਾਂ ਜੁੜੇ ਰਹੇ ਹੈ, ਇਹਨਾਂ ਨੂੰ ਆਹ ਕਹਿ ਕੇ ਲੈ ਕੇ ਗਏ ਸੀ ਵੀ ਉੱਥੇ ਜਲੰਧਰ ਦੇ ਅੰਦਰ ਅਸੀਂ ਸਾਰਾ ਜਿਹੜਾ ਜਿਹੜਾ ਇੱਕ ਮਾਹੌਲ ਹੈ ਗੁੰਡਾਗਰਦੀ ਦਾ, ਲੁੱਟਖੋਹ ਦਾ, ਅਤੇ ਆਹ ਜਿਹੜੇ ਸੱਟੇਬਾਜ਼ ਜਿਹੜੇ ਹੈ ਉਹ ਖਤਮ ਕਰ ਦੂੰਗਾ। ਅੱਜ ਤੁਹਾਨੂੰ ਸ਼ੀਤਲ ਅੰਗਰਾਲ ਜੀ ਦੱਸਣਗੇ ਵੀ ਜਲੰਧਰ ਜਿਹੜਾ ਹੱਬ ਬਣ ਗਿਆ ਲੋਟਰੀ ਦਾ, ਜਿਹੜਾ ਆ ਧੰਦਾ ਚੱਲ ਰਿਹਾ ਗਰੀਬਾਂ ਨੂੰ ਲੁੱਟਣ ਦਾ, ਜਿਹੜਾ ਆਮ ਆਦਮੀ, ਜਿਹੜਾ ਛੋਟਾ ਮਜ਼ਦੂਰ ਰਾਤ ਨੂੰ ਆਪਣੇ 10 ਰੁਪਈਏ ਜਾਂ 20 ਰੁਪਈਏ, ਕਿਉਂਕਿ ਪਰ ਅੱਜ ਕੱਲ੍ਹ ਤਾਂ ਮੇਰੇ ਖਿਆਲ ਲਾਟਰੀ ਦੀ ਟਿਕਟ ਵੀ ਸ਼ੀਤਲ ਜੀ 100 ਰੁਪਈਏ ਦੀ ਹੋ ਗਈ, ਉਸ ਤੋਂ ਵੀ ਘੱਟ ਨਹੀਂ ਹੁੰਦੀ, ਉਹ ਜਿਹੜਾ 500-400 ਰੁਪਈਏ ਦੀ ਦਿਹਾੜੀ ਕਮਾ ਕੇ ਲਿਆਉਂਦਾ ਉਹਦੇ ਵੀ ਉਹਦੇ ਉੱਤੇ 100 ਰੁਪਈਏ ਦਾ ਜਿਹੜਾ ਟਾਂਕਾ। ਇਸ ਭਗਵੰਤ ਮਾਨ ਜੀ ਦੀ ਸਰਕਾਰ ਜਾਂ ਅੱਜ ਤੱਕ ਤਾਂ ਕੇਜਰੀਵਾਲ ਸਾਹਿਬ ਦੀ ਸਰਕਾਰ ਸੀ, ਪਿਛਲੇ 1 ਹਫ਼ਤੇ ਤੋਂ ਇਹਨਾਂ ਦੀ ਸਰਕਾਰ ਬਣੀ ਹੈ, ਅਤੇ ਉੱਥੇ ਦੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਸ਼ੀਤਲ ਜੀ ਇਸ ਮਸਲੇ 'ਤੇ ਸਾਡੇ ਨਾਲ ਗੱਲ ਨਾ ਕਰਿਓ, ਇਹ ਤਾਂ ਹੁਕਮ ਉੱਤੋਂ ਆਏ ਹੈ। ਹੁਣ ਉੱਤੇ ਜਿਹੜਾ ਹੈ ਉੱਤੇ ਵਾਲੀ ਪਹਿਲਾਂ ਤਾਂ ਤਾਰ ਦਿੱਲੀ ਤਾਂ ਹੀ ਜੁੜਦੀ ਸੀ, ਹੁਣ ਉਹ ਦਿੱਲੀ ਤਾਂ ਹੀ ਜਾਣ ਵਾਲੀ ਤਾਰ ਤਾਂ ED ਮਹਿਕਮੇ ਨੇ ਕੱਟਤੀ, ਹੁਣ ਸਿਰਫ ਇੱਥੇ 2 ਸੈਕਟਰ ਦੀ ਕੋਠੀ 'ਚ ਆ ਕੇ ਖਤਮ ਹੁੰਦੀ ਹੈ ਉਹਦੇ ਵਾਸਤੇ। ਅਤੇ ਕੱਲ੍ਹ ਜਿਹੜੇ ਇਲਜ਼ਾਮ ਲੱਗ ਰਹੇ ਸੀ 2 ਸਾਡੇ MLA ਸਾਹਿਬਾਨ, ਮੈਂ ਸਮਝਦਾ ਪਤਾ ਨਹੀਂ ਸਾਡੇ ਵਾਲੇ ਇਲਾਕੇ 'ਤੇ ਮਾਲ ਵਿੱਚ ਵੈਸੇ ਵੀ ਟੇਲਾਂ 'ਤੇ ਬੈਠੇ ਹਾਂ, ਪਰ ਜਦੋਂ ਮਾੜਾ ਕੰਮ ਹੁੰਦਾ ਅਸੀਂ ਫਰੰਟ 'ਤੇ ਹੁੰਦੇ ਹਾਂ। 2 MLA ਸਾਹਿਬਾਨ ਦੋਨੋਂ ਸਭ ਫਿਰੋਜ਼ਪੁਰ ਕੌਂਸਟੀਚੁਐਂਸੀ MP ਕੌਂਸਟੀਚੁਐਂਸੀ 'ਚ ਬਿਲੋਂਗ ਕਰਤੇ ਹੈ, ਇੱਕ ਬੱਲੂਆਣੇ ਸੇ ਹੈ ਸ਼੍ਰੀਮਾਨ ਜੀ, ਇੱਕ ਜਲਾਲਾਬਾਦ ਸੇ ਸ਼੍ਰੀਮਾਨ ਜੀ ਹੈ। ਉਹਨਾਂ ਨੇ ਕੱਲ੍ਹ ਫਿਰ ਆਮ ਅਮੇਜ਼ਡ ਐਟ ਦੇਅਰ ਅਡਾਸਿਟੀ, ਐਡੀ ਮੋਟੀ ਚਮੜੀ ਹੋ ਗਈ, ਟੈਫਲੋਨ ਦੀ ਚਮੜੀ ਹੋ ਗਈ ਉਹਨਾਂ ਲੋਕਾਂ ਦੀ, ਉਹ ਅੱਜ ਮੋਰੈਲਿਟੀ ਦਾ ਪਾਠ ਪੜ੍ਹਾ ਰਹੇ ਸਭ। ਕੱਲ੍ਹ ਕਹਿ ਰਹੇ ਸਾਨੂੰ 25-25 ਕਰੋੜ ਦੀ ਔਫਰ ਆਈ, ਜਿਨ੍ਹਾਂ ਲੋਕਾਂ ਦੀ ਸੋਚ 25,000 ਤੋਂ ਹੈ ਨਹੀਂ ਜ਼ਿਆਦਾ, ਜਿਨ੍ਹਾਂ ਲੋਕਾਂ ਦੇ ਉੱਤੇ 5,000-5,000 ਰੁਪਈਏ ਦੇ, ਕਿਉਂਕਿ ਜਿਹੜੇ ਸਾਥੀ ਕੱਲ੍ਹ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਹਿਬ, ਸਾਡੇ ਉਸ ਸਮੇਂ ਦੇ ਯੂਥ ਕਾਂਗਰਸ ਦੇ ਉਸ ਇਲਾਕੇ ਦੇ ਪ੍ਰਧਾਨ ਸੀ। ਅਤੇ ਬਾਜਵਾ ਸਾਹਿਬ ਹੱਸੋ ਨਾ, ਆਹ ਮੈਂ ਫੈਕਟ ਦੱਸ ਰਿਹਾ ਤੁਹਾਨੂੰ, ਉਹਨਾਂ 'ਤੇ 420 ਦਾ 5,000-5,000 ਰੁਪਈਏ ਦਾ ਮੁਕੱਦਮਾ ਦਰਜ ਹੈ ਸਾਹਿਬ। ਉਹਨਾਂ ਦਾ ਆਪਸੀ ਪਰਿਵਾਰਕ ਝਗੜਾ ਸੀਗਾ, ਉਸ 'ਤੇ ਮੈਂ ਉਸ ਗੱਲ 'ਤੇ ਮੈਂ ਨਹੀਂ ਕਰਨਾ ਚਾਹੁੰਦਾ, ਉਹ ਕਹਿੰਦੇ ਸੀ ਇਹ ਮੇਰੇ ਪਿਤਾ ਹੀ ਹੈ ਨਹੀਂ, ਉਹਨਾਂ ਗੱਲਾਂ ਦਾ ਉਹਨਾਂ ਦਾ ਪਰਿਵਾਰਕ ਉਪਣਾ, ਉਹਨਾਂ ਦਾ ਇੱਕ ਮੋਰਲ ਕਿਰਦਾਰ ਹੈ, ਮੈਂ ਉਹਦੇ 'ਤੇ ਨਹੀਂ, ਮੈਂ ਤਾਂ ਲੋਕਾਂ ਦੀ ਉਸ ਭਾਵਨਾ 'ਤੇ ਜਿਹੜੇ 5,000 ਰੁਪਈਏ ਵਾਸਤੇ ਡੁੱਲਦੇ ਫਿਰਦੇ ਸੀ ਉਹਨਾਂ ਨੂੰ 25 ਕਰੋੜ ਰੁਪਈਆ ਕੌਣ ਦੇਊਗਾ। ਰੂਪਾਨੀ ਜੀ ਹਮ ਵੀ ਦੂਸਰੀ ਤਰਫ ਰਹੇ ਹੈ, ਆਸੇ 1.5-2 ਸਾਲ ਪਹਿਲੇ ਬਹੁਤ ਕਿਸਮ ਕੇ ਇਲਜ਼ਾਮ ਲਗੇ ਹੋ ਗਏ ਬੀਜੇਪੀ, ਆਜ ਵੀ ਅਪੋਜੀਸ਼ਨ ਪਾਰਟੀ ਇਲਜ਼ਾਮ ਲਗਾ ਰਹੀ ਹੈ, ਇਹ ਤਾਂ ਲਗਾ ਹੀ ਰਹੇ, 25 ਕਰੋੜ ਕੀ ਬਾਤ ਕਰ ਰਹੇ ਹੈ, ਪਰ ਆਜ ਤੱਕ ਬੀਜੇਪੀ ਕੇ ਉੱਪਰ ਮੰਦਬੁੱਧੀ ਕਾ ਕਭੀ ਇਲਜ਼ਾਮ ਨਹੀਂ ਲਗਾ ਸਾਹਿਬ। ਆਪ ਬਤਾਈਏ ਜੋ ਮਾਲ ਬਾਜ਼ਾਰ ਮੇਂ 5,000 ਰੁਪਏ ਮੇਂ ਮਿਲਤਾ ਹੋ ਜਾਂ 25,000 ਮੇਂ ਮਿਲਤਾ ਹੋ, ਉਸਕੇ 25 ਕਰੋੜ ਕੌਣ ਦੇਗਾ ਸਾਹਿਬ। ਇਹ ਲੋਕ ਆਪਣੇ ਆਪ ਕੋ ਕੁਛ ਜ਼ਿਆਦਾ ਆਂਕ ਰਹੇ ਹੈ, ਇਹ ਉਹ ਆਮ ਲੋਕ ਹੈ ਜਿਨ੍ਹਾਂ ਨੇ ਆਪਣੀ ਕੀਮਤ 25 ਕਰੋੜ ਰੁਪਏ ਆਂਕ ਰੱਖੀ ਹੈ, ਇਨਕੀ ਕੀਮਤ ਪੰਜਾਬ ਕੇ ਲੋਗੋ ਮੇਂ ਬਿਲਕੁਲ ਸਪਸ਼ਟ ਹੋ ਚੁੱਕੀ ਹੈ। ਲੋਕ ਆਉਣ ਵਾਲੇ ਸਮੇਂ 'ਚ ਹੈ ਬੁਖਲਾ ਕੇ, ਕੱਲ੍ਹ ਜਿਹੜੇ ਕਹਿ ਰਹੇ ਸੀ ਵੀ ਧੱਕਾ ਹੋ ਰਿਹਾ, ਇਹਨਾਂ ਨੇ ਜੁਆਇਨ ਕੀਤਾ ਕੱਲ੍ਹ ਸ਼ੀਤਲ ਅੰਗਰਾਲ ਜੀ ਦੇ ਘਰੇ ਜਾ ਕੇ, ਰਿੰਕੂ ਜੀ ਦੇ ਘਰੇ ਜਾ ਕੇ, ਤੁਹਾਡੇ ਵੀ ਘਰੇ ਆ ਕੇ ਗੜਬੜ ਕੀਤੀ ਹੈ, ਸ਼ੀਤਲ ਜੀ ਦੇ ਜਾ ਕੇ ਉੱਥੇ ਬੂਹੇ ਭੰਨੇ ਹੈ, ਗੁੰਡਾਗਰਦੀ ਕੀ ਹੈ। ਮੈਂ
ਪੰਜਾਬ ਸਰਕਾਰ ਕੋ ਔਰ ਪੰਜਾਬ ਕੀ ਐਡਮਿਨਿਸਟ੍ਰੇਸ਼ਨ ਕੋ ਇਸ ਬਾਤ ਸੇ ਆਗਾਹ ਕਰਨਾ ਚਾਹਤਾ ਹੂੰ ਕਿ ਇਸ ਕਿਸਮ ਕੀ ਗੁੰਡਾਗਰਦੀ ਕੇ ਉੱਪਰ ਨਕੇਲ ਡਾਲੇ ਸਭ ਇਸਕੋ ਬੀਜੇਪੀ ਕਭੀ ਇਜਾਜ਼ਤ ਨਹੀਂ ਦੇਗੀ। ਇਟ ਇਜ਼ ਅ ਸਟੇਟ ਸਬਜੈਕਟ, ਆਈ ਡੂ ਐਪਰੀਸ਼ੀਏਟ ਇਟ, ਪਰੰਤੂ ਆਜ ਕੋਡ ਆਫ ਕੰਡਕਟ ਲਗਾ ਹੁਆ ਹੈ ਔਰ ਹਮ ਬੀਜੇਪੀ ਪੰਜਾਬ ਜਾ ਕੇ ਬਿਲਕੁਲ ਹਮਾਰੇ ਇਲੈਕਸ਼ਨ ਕਮਿਸ਼ਨ ਨੂੰ ਇਸ ਬਾਤ ਕੀ ਕੰਪਲੇਂਟ ਦਰਜ ਕਰਵਾਏਂਗੇ ਕਿ ਇਸਕੀ ਜਾਂਚ ਹੋ, ਪੰਜਾਬ ਸਰਕਾਰ ਕੇ ਮੰਤਰੀਓ ਕੀ ਦੇਖ ਰੇਖ ਮੇਂ, ਉਨਕੀ ਅਗਵਾਈ ਮੇਂ ਜਿਸ ਕਿਸਮ ਕੀ ਖੁੱਲੀ ਗੁੰਡਾਗਰਦੀ ਵਹਾਂ ਪੇ ਕੱਲ ਜਲੰਧਰ ਮੇਂ ਹੋਈ ਹੈ, ਇਸਕੀ ਤਹਿਕੀਕਾਤ ਕਰਕੇ ਇਨਕੋ ਸਜ਼ਾ ਮਿਲਣੀ ਚਾਹੀਏ। ਔਰ ਸਾਥ ਮੇਂ ਹਮ ਤਵੱਕੋ ਕਰਤੇ ਹੈ ਪੰਜਾਬ ਇਲੈਕਸ਼ਨ ਕਮਿਸ਼ਨ ਸੇ ਦੈਟ ਦੇ ਵਿਲ ਇਨਸ਼ੋਰ, ਪੂਰਾ ਇਸਕੋ ਪੁਖਤਾ ਕਰੇਂਗੇ ਕਿ ਜਹਾਂ ਅਭੀ ਤੋ ਸ਼ਰਾਬ ਪੰਜਾਬ ਕੇ ਅੰਦਰ ਸ਼ਰਾਬ ਘੋਟਾਲੇ ਕੀ ਜਾਂਚ ਬਾਕੀ ਪੜੀ ਹੈ, ਅਭੀ ਤੋ ਸਿਰਫ ਅਮਰੂਦੋ ਕਾ ਹੀ ਘੋਟਾਲਾ ਖੁਲਾ ਹੈ, ਸ਼ਰਾਬ ਕਾ ਘੋਟਾਲਾ ਤੋ ਖੁਲੇਗਾ, ਉਸਕੇ ਸਾਥ ਸਾਥ ਇਹ ਗੁੰਡਾਗਰਦੀ ਕਾ ਜੋ ਘੋਟਾਲਾ ਖੁੱਲਾ ਉਸਕਾ ਨਾਚ ਕੀਆ ਜਾ ਰਹਾ ਹੈ, ਉਸਕੇ ਉੱਪਰ ਪੂਰੀ ਤਰ੍ਹਾਂ ਪਾਬੰਦ ਕਰੇ। ਕੋਡ ਆਫ ਕੰਡਕਟ ਲੱਗਣੇ ਕੇ ਬਾਅਦ ਕਿਸੀ ਕਿਸਮ ਕੀ ਡਿਮੋਨਸਟ੍ਰੇਸ਼ਨ, ਕਿਸੀ ਕਿਸਮ ਕਾ ਇਕੱਤਰਤਾ, ਚਾਹੇ ਉਹ ਪੋਲੀਟੀਕਲ ਰੰਗ ਕੇ ਸਾਥ ਪੋਲੀਟੀਕਲ ਪਾਰਟੀ ਕਰੇ, ਉਸਕੇ ਲੀਏ ਪਰਮਿਸ਼ਨ ਲੈਣੀ ਜ਼ਰੂਰੀ ਹੋਤੀ ਹੈ। ਉਹ ਪਤਾ ਕਰੇ ਯੇ ਬਿਨਾ ਪਰਮਿਸ਼ਨ ਕੇ, ਬਿਨਾ ਇਨਕੀ ਨੌਲੇਜ ਮੇਂ ਲੈ ਕੇ ਆ ਕੇ ਕਿਸ ਤਰ੍ਹਾਂ ਸੇ ਕਾਮ ਹੋ ਰਹੇ ਹੈ, ਔਰ ਇਸਕੀ ਹਮ ਉੱਪਰ ਵੀ ਜਾ ਕੇ ਇਲੈਕਸ਼ਨ ਕਮਿਸ਼ਨ ਦਿੱਲੀ ਕੇ ਜਾ ਕੇ ਵੀ ਹਮ ਇਸਕਾ ਪੂਰਾ ਕਾਰਵਾਈ ਕਰੇਂਗੇ। ਔਰ ਆਜ ਇੱਕ ਵਾਰ ਫਿਰ ਸੇ ਜਹਾਂ ਹਮਾਰੇ ਪ੍ਰਨੀਤ ਕੌਰ ਜੀ, ਸੁਸ਼ੀਲ ਰਿੰਕੂ ਜੀ, ਸ਼ੀਤਲ ਅੰਗਰਾਲ ਜੀ ਕਾ ਸਵਾਗਤ ਕਰਤਾ ਹੂੰ, ਵਹੀਂ ਪੇ ਆਜ ਇੱਕ ਬੜੀ ਤਾਦਾਦ ਮੇਂ, ਚਾਹੇ ਜ਼ੀਰਕਪੁਰ ਸੇ, ਚਾਹੇ ਡੇਰਾ ਬਸੀ ਸੇ, ਚਾਹੇ ਪਠਾਨਕੋਟ ਸੇ, ਔਰ ਚਾਹੇ ਦੂਰ ਦਰਾਡ ਇਲਾਕੋ ਸੇ, ਪਟਿਆਲਾ ਸੇ ਚਲ ਕੇ ਲੋਕ ਇੱਕ ਬੜੀ ਤਾਦਾਦ ਮੇਂ ਬੀਜੇਪੀ ਪਰਿਵਾਰ ਮੇਂ ਸ਼ਾਮਿਲ ਹੋਏ, ਮੈਂ ਉਨਕਾ ਤਹਿ ਦਿਲ ਸੇ ਸਵਾਗਤ ਕਰਤਾ ਹੂੰ, ਉਨਕੋ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆ ਆਖਦਾ, ਅਤੇ ਮੈਂ ਸਮਝਦਾ ਰਲ ਮਿਲ ਕੇ ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਦੇ ਉਠਾ ਕੇ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਦਾ ਅਸੀਂ ਸਾਰੇ ਰਲ ਮਿਲ ਕੇ ਯਤਨ ਕਰਾਂਗੇ। ਜੈ ਹਿੰਦ ਸਰ। ਤੁਸੀਂ ਕਾਹਲੇ ਨਾ ਪਿਆ ਕਰੋ, ਤੁਸੀਂ ਫਿਰ ਜੋਤਸ਼ੀ ਵਾਲਾ ਕੰਮ ਕਰਨ ਲੱਗ ਜਾਓਗੇ, ਤੁਹਾਡਾ ਕੰਮ ਹੈ ਜੋ ਕੰਮ ਹੋ ਜਾਏ ਉਹਨੂੰ ਰਿਪੋਰਟ ਕਰਨਾ, ਬਾਕੀ ਆਂਕਲਨ ਤੁਸੀਂ ਕਰ ਸਕਦੇ ਹੋ, ਤੁਹਾਡੀ ਕਲਮ ਹੈ, ਕੁਛ ਵੀ ਲਿਖੋ ਕੁਛ ਵੀ ਬੋਲੋ, ਪਰ ਨਥਿੰਗ ਇਜ਼ ਡਨ ਟਿਲ ਇਟ ਇਜ਼ ਡਨ। ਅੱਜ ਦੇ ਜਿਹੜੇ ਹਾਲਾਤ ਹੈ, ਅੱਜ ਕੱਲੇ ਇੱਕ ਕਿਸੇ ਵਿਅਕਤੀ ਵਿਸ਼ੇਸ਼ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਅੱਜ ਕੋਈ ਵੀ ਪੋਲੀਟੀਕਲ ਬੰਦਾ ਹੈ ਉਹ ਦੇਖੂਗਾ ਵੀ ਕਿਹੜੇ ਪਾਸੇ, ਚਲੋ ਕੁਛ ਲੋਕਾਂ ਦੇ, ਕਿਉਂਕਿ ਰਾਜਨੀਤੀ ਦੇ ਅੰਦਰ ਹਰੇਕ ਕਿਸਮ ਦਾ ਬੰਦਾ ਹੁੰਦਾ, ਕਈਆਂ ਦੇ ਆਪਣੇ ਨਿੱਜੀ ਮਫਾਦ ਹੁੰਦੇ ਹੈ, ਕਈ ਅਗਰ ਕੋਈ ਜੈਨੂਇਨਲੀ ਦੇਸ਼ ਦੀ ਤਰੱਕੀ ਜਾਂ ਪੰਜਾਬ ਦੀ ਤਰੱਕੀ 'ਚ ਇੰਟਰਸਟਿਡ ਹੈ, ਉਹ ਆਪਣੇ ਫੈਸਲੇ ਹਾਲਾਤ ਦੇਖ ਕੇ ਕਹਿਣਗੇ, ਪਰ ਹਾਲਾਤ ਜਿਹੜੇ ਅੱਜ ਦੇਖ ਰਹੇ ਆ ਲੋਕ, ਹਿੰਦੁਸਤਾਨ ਦਾ ਜਿਹੜਾ ਇੱਕ ਮੁਹਾੜ ਬਣਿਆ ਉਹ ਅੱਜ ਬੀਜੇਪੀ ਕਨੇ ਬਣਿਆ, ਤਾਂ ਹੋ ਸਕਦਾ ਪਤਾ ਨਹੀਂ ਕੌਣ ਕੌਣ ਆਵੇ, ਤੁਸੀਂ ਤਾਂ ਇੱਕ ਬੰਦੇ ਦਾ ਨਾਮ ਲੈ ਰਹੇ ਹੋ, ਸਕਦਾ ਤੁਹਾਡੀ ਕੌਲਮ ਹੀ ਤੁਹਾਨੂੰ ਲੈਣਾ ਪਵੇ ਪੂਰਾ। ਆਪ ਬੀਜੇਪੀ ਕੋ ਕਿਉਂ ਬਲੇਮ ਕਰ ਰਹੇ ਸਰ, ਆਪ ਬੀਜੇਪੀ ਇਨਕੋ ਬਲੇਮ ਨਾ ਕਰੋ, ਅਗਰ ਕਾਂਗਰਸ ਪਾਰਟੀ ਆਪਣੇ ਨੇਤਾਓਂ ਕੋ ਆਪਣੇ ਵਰਕਰੋਂ ਕੋ ਬੱਕਰੀਓਂ ਕੀ ਸੰਖਿਆ ਦੇਤੀ ਹੈ, ਖੁਦ ਉਨਕੇ ਪ੍ਰਧਾਨ ਜੀ ਨੇ ਬਿਆਨ ਦਿਆ ਵੀ ਸ਼ੇਰ ਸ਼ੇਰ ਤੋਂ ਚਲੇ ਗਏ, ਮੈਂ ਤਾਂ ਬੱਕਰੀਓਂ ਸੇ ਕਾਮ ਚਲਾ ਲੂੰਗਾ, ਤਾਂ ਸਭ ਚਾਹੇ ਹਮਾਰੇ ਆਜ ਕੇ ਦਿਨ ਉਨਕੇ ਹਮਾਰੇ ਵਿਰੋਧਾਭਾਸ ਹੈ ਪੰਜਾਬ ਕੇ ਜੋ ਕਾਂਗਰਸ ਕੇ ਲੀਡਰ ਹੈ ਦੂਸਰੀ ਤਰਫ ਬੈਠੇ ਹੈ, ਪਰ ਉਨਕੋ ਬੱਕਰੀਆਂ ਕਹਿਣੇ ਕਾ ਤਾਂ ਉਨਕੇ ਲੀਡਰ ਕਾ ਕੋਈ ਹੱਕ ਨਹੀਂ, ਉਨਕਾ ਅਗਰ ਪ੍ਰਧਾਨ ਉਨਕੋ ਲੀਡਰ ਬੱਕਰੀਆਂ ਕਹਿ ਰਹਾ ਹੈ ਤਾਂ ਸਭ ਉਹ ਸ਼ੇਰ ਕੀ ਤਰ੍ਹਾਂ ਗਰਜ ਕੇ ਵੀ ਦਿਖਾਏਗੇ।